4 ਜੂਨ ਦੀ ਸ਼ੁਰੂ ਹੋਈ ਗੋਲੀਬਾਰੀ ਪੂਰਾ ਦਿਨ ਚੱਲਦੀ ਰਹੀ। 5 ਜੂਨ ਦਾ ਦਿਨ ਚੜ੍ਹ ਕੇ ਆਇਆ। 2 ਪਾਸਿਓਂ ਗੋਲੀਬਾਰੀ ਅਜੇ ਵੀ ਜਾਰੀ ਸੀ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲਾਸ਼ਾਂ ਡਿੱਗ ਰਹੀਆਂ ਸਨ। ਸੰਤ ਜਰਨੈਲ ਸਿੰਘ ਖਾਲਸਾ, ਭਾਈ ਅਮਰੀਕ ਸਿੰਘ ਪ੍ਰਧਾਨ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਬਾਬਾ ਠਾਰਾ ਸਿੰਘ ਅਕਾਲ ਤਖਤ ਤੇ ਮੌਜੂਦ ਸੀ। ਇਸ ਅਸਾਮੀ ਜੰਗ ਦੇ ਕੌਮੀ ਨਾਇਕ ਜਨਰਲ ਸੁਬੇਗ ਸਿੰਘ ਹੱਥ ਵਿੱਚ ਸਟੇਨ ਗਨ ਫੜੀ ਮੋਰਚਿਆਂ 'ਚ ਡਟੇ ਸਿੰਘਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਪ ਉਹਨਾਂ ਕੋਲ ਜਾ ਰਹੇ ਸਨ। ਗਰਮੀ ਦਾ ਕਹਿਰ ਜਾਰੀ ਸੀ। ਹਮਲਾਵਰ ਹੋ ਕੇ ਆਈ ਫੌਜ ਦੇ ਹਰ ਹੱਲੇ ਦਾ ਜਵਾਬ ਪੂਰੇ ਜੋਸ਼ ਨਾਲ ਦਿੱਤਾ ਜਾ ਰਿਹਾ ਸੀ। ਇਸ ਹਮਲੇ ਦੀ ਕਮਾਂਡ ਕਰ ਰਹੇ ਮੇਜਰ ਜਨਰਲ ਰਣਜੀਤ ਬਰਾੜ ਅੰਮ੍ਰਿਤਸਰ ਦੀ ਕੋਤਵਾਲੀ 'ਚ ਮੌਜੂਦ ਸੀ, ਜਦਕਿ ਲੈਫਟੀਨੈਂਟ ਜਨਰਲ ਸੁੰਦਰ ਜੀ ਅੰਮ੍ਰਿਤਸਰ ਵਿੱਚ ਸਥਿਤ ਫੌਜ ਦੀ ਛਾਉਣੀ 'ਚ। ਭਾਰਤੀ ਫੌਜ ਦੇ ਮੁਖੀ ਜਨਰਲ ਅਰੁਣ ਸ਼ਵੇਤਾਰ ਵੈਦਿਆ, ਜਿਸਨੇ ਆਖਰੀ ਮੀਟਿੰਗ 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਨਾਲ ਕਿਹਾ ਸੀ ਇਹ ਸਾਰਾ ਮਾਮਲਾ 2 ਘੰਟੇ 'ਚ ਖਤਮ ਹੋ ਜਾਊ, ਪਰ 24 ਘੰਟੇ ਬਾਅਦ ਵੀ ਕੁਛ ਹੱਥ ਨਾ ਲੱਗਣ ਕਰਕੇ ਬੇਬਸ ਨਜ਼ਰ ਆ ਰਿਹਾ ਸੀ। ਜੇ ਦਿੱਲੀ ਬੈਠੇ ਜਰਨੈਲ ਵੈਦਿਆ ਦੀ ਹਾਲਤ ਪਰੇਸ਼ਾਨੀ ਵਾਲੀ ਸੀ ਤਾਂ ਜਨਰਲ ਸੁੰਦਰ ਜੀ ਵੀ ਇਸ ਹਮਲੇ ਦੀ ਅਸਫਲਤਾ ਤੋਂ ਕਾਫ਼ੀ ਚਿੰਤਿਤ ਸੀ। ਫੌਜ ਪੂਰੀ ਤਿਆਰੀ ਨਾਲ ਅੰਮ੍ਰਿਤਸਰ ਆਈ, ਪਰ ਜਨਰਲ ਸੁਬੇਗ ਸਿੰਘ ਦੀ ਯੁੱਧ ਨੀਤੀ ਨੇ ਬੇਬਸ ਕਰ ਦਿੱਤਾ। ਇੱਕ ਪਾਸੇ ਮੁੱਠੀ ਭਰ ਸਿੰਘ ਸਨ, ਦੂਜੇ ਪਾਸੇ ਭਾਰੀ ਗਿਣਤੀ 'ਚ ਫੌਜਾਂ। ਇਹ ਦ੍ਰਿਸ਼ ਚਮਕੌਰ ਦੀ ਗੜੀ ਦੀ ਯਾਦ ਤਾਜ਼ਾ ਕਰਾ ਰਿਹਾ ਸੀ। ਅਖੀਰ ਫੌਜ ਨੇ ਬਖਤਰਬੰਦ ਗੱਡੀਆਂ ਦਾ ਸਹਾਰਾ ਲੈਣਾ ਜ਼ਰੂਰੀ ਸਮਝਿਆ। ਫੌਜ ਅਕਾਲ ਤਖ਼ਤ ਦੀ ਇਮਾਰਤ ਛਲਣੀ ਕਰ ਰਹੀ ਸੀ। ਕੋਈ ਚਾਰਾ ਚੱਲਦਾ ਨਾ ਵੇਖ ਕੇ ਟੈਂਕ, ਤੋਪਾਂ, ਬਖਤਰਬੰਦ ਗੱਡੀਆਂ ਪਰਿਕਰਮਾ ਵਿੱਚ ਲੈ ਜਾਣ ਦਾ ਫੈਸਲਾ ਹੋਇਆ। ਸ਼ਾਮ 6 ਵਜੇ ਦੇ ਕਰੀਬ ਬ੍ਰਿਗੇਡੀਅਰ DV ਰਾਓ ਅਤੇ ਬ੍ਰਿਗੇਡੀਅਰ ਚਿੱਕੀ ਦੀਵਾਨ ਦੀ ਅਗਵਾਈ ਵਿੱਚ 3 ਟੈਂਕ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਬਾਹੀ ਰਾਹੀਂ ਪਰਿਕਰਮਾ 'ਚ ਉਤਾਰੇ ਗਏ, ਜਦਕਿ 1 ਟੈਂਕ ਸਰਾਂ ਗੁਰੂ ਰਾਮਦਾਸ, 1 ਟੈਂਕ ਮੰਜੀ ਸਾਹਿਬ ਦੀਵਾਨ ਹਾਲ ਅਤੇ 1 ਗੁਰੂ ਰਾਮਦਾਸ ਸਰਾਂ ਦੇ ਬਾਹਰ ਖੜ੍ਹਾ ਕੀਤਾ ਗਿਆ। ਪਰਿਕਰਮਾ ਵਿਚਲਾ ਟੈਂਕ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਕੋਲ ਆ ਕੇ ਜ਼ਮੀਨ 'ਚ ਧੱਸ ਗਿਆ। ਦੂਜਾ ਟੈਂਕ 68 ਤੀਰਥ ਕੋਲ ਸੀ। ਤੀਜਾ ਟੈਂਕ ਘੰਟਾ ਘਰ ਪੌੜੀਆਂ ਕੋਲ ਲਿਜਾਇਆ ਗਿਆ। ਇੱਧਰ ਪੂਰੀ ਤਿਆਰੀ ਨਾਲ ਲੜ ਰਹੇ ਸਿੰਘਾਂ ਨੇ ਰਾਕਟ ਲਾਂਚਰ ਨਾਲ 1 ਟੈਂਕ ਨਕਾਰਾ ਕਰ ਦਿੱਤਾ। ਹੁਣ ਤੱਕ ਜਨਰਲ ਸੁੰਦਰ ਜੀ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਬਾਹੀ 'ਤੇ ਬਣੀ ਮਾਰਕੀਟ ਦੀ ਛੱਤ 'ਤੇ ਆਪ ਮੋਰਚਾ ਸੰਭਾਲ ਕੇ ਡਟਿਆ। ਟੈਂਕਾਂ ਦੇ ਹਮਲਿਆਂ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਲੱਟ ਲੱਟ ਬਲ ਰਹੀ ਸੀ। ਫੌਜ ਹੌਲੀ ਹੌਲੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕਾਬਜ਼ ਹੋ ਰਹੀ ਸੀ। ਸ਼੍ਰੀ ਗੁਰੂ ਰਾਮਦਾਸ ਸਰਾਂ, ਸ਼੍ਰੋਮਣੀ ਕਮੇਟੀ ਦਾ ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਸਮੇਤ ਲਾਗਲੀਆਂ ਇਮਾਰਤਾਂ 'ਤੇ ਫੌਜ ਦਾ ਕਬਜ਼ਾ ਸ਼ੁਰੂ ਹੋਇਆ। ਇੱਕ ਜ਼ੋਰਦਾਰ ਹਮਲੇ ਵਜੋਂ ਫੌਜੀ ਘੰਟਾ ਘਰ 'ਤੇ ਆਟਾ ਮੰਡੀ ਦੀ ਬਾਹੀ ਰਾਹੀਂ ਪਰਿਕਰਮਾ 'ਚ ਰਾਤ 8 ਵਜੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜਨਰਲ ਸੁਬੇਗ ਸਿੰਘ ਦੀ ਯੁੱਧ ਨੀਤੀ ਤੋਂ ਅਣਜਾਣ ਫੌਜੀ ਇਸ ਵਿੱਚ ਨਾਕਾਮ ਰਹੇ। ਜਿਵੇਂ ਹੀ ਫੌਜੀ ਪਰਿਕਰਮਾ 'ਚ ਉਤਰਨ ਲੱਗੇ, ਜਾਲੀਆਂ 'ਚ ਬੈਠੇ ਸਿੰਘਾਂ ਨੇ ਲੱਤਾਂ 'ਚ ਗੋਲੀਆਂ ਮਾਰ ਕੇ ਜ਼ਖਮੀ ਕੀਤੇ। ਚੌੜੀਆਂ ਪੌੜੀਆਂ ਰਾਹੀਂ 10 ਗਾਰਡਸ ਅਕਾਲ ਤਖ਼ਤ ਨੇੜੇ ਪੁੱਜਣ 'ਚ ਸਫਲ ਹੋਏ। ਇਸ ਹਮਲੇ 'ਚ ਬਾਬਾ ਠਾਰਾ ਸਿੰਘ ਸ਼ਹੀਦ ਹੋਏ। ਕੁਝ ਚਸ਼ਮਦੀਦ ਦੱਸਦੇ ਨੇ ਕਿ ਜਨਰਲ ਸੁਬੇਗ ਸਿੰਘ ਵੀ ਇਸ ਹਮਲੇ ਵਿੱਚ ਜ਼ਖਮੀ ਹੋਏ, ਚੁਰਾਤ ਕਰੀਬ 12 ਵਜੇ ਸ਼ਰੀਰ 'ਤੇ ਆ ਗਏ।